50ਵੀਂ ਤੇ 50ਵੀਂ ਇਹ ਗੱਲ ਕਹੀ ਕਿਉਂਕਿ ਮੇਰਾ ਤੇ ਮੀਆਂ ਸਾਹਿਬ ਦਾ ਇਹ ਅਬਾਈ ਇਲਾਕਾ ਹੈ ਸਾਡਾ ਖਮੀਰ ਇਥੋਂ ਉੱਠਿਆ ਹੈ ਤੇ ਅਸੀਂ ਤਾਂ ਕਿਆਮਤ ਸੋਣਾ ਵੀ ਇਨਸ਼ਾਅੱਲਾ ਤਾਲਾ ਇਸ ਜ਼ਮੀਨ ਦੀ ਆਗੋਸ਼ ਵਿੱਚ ਚਿਰਿਆਰ ਦੀ ਤੇ ਇਸ ਇਲਾਕੇ ਨੂੰ ਜ਼ਿਲ੍ਹੇ ਦਾ ਸਭ ਤੋਂ ਖੂਬਸੂਰਤ ਨੀ ਇਲਾਕਾ ਬਣਾਵਾਂਗੇ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਚੌਧਰੀ ਨੇ ਅੱਲਾ ਗੈਸ ਦਾ ਮਸਲਾ ਗੈਸ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ ਇਹਦੇ ਕੋਈ ਦੋ ਰਾਏ ਨਹੀਂ ਕਿ ਇਹ ਬੁਨਿਆਦੀ ਜ਼ਰੂਰਤ ਹੈ ਮੇਰੀਆਂ ਮਾਵਾਂ ਭੈਣਾਂ ਤੇ ਬੀਬੀਆਂ ਦਾ ਇਹਦੇ ਤੋਂ ਬਗੈਰ ਗੁਜ਼ਾਰਾ ਨਹੀਂ ਇਨਸ਼ਾਅੱਲਾ ਤਾਲਾ ਜਿਵੇਂ ਇਹਦੇ ਤੇ ਪਾਬੰਦੀ ਉੱਠੀ ਗੈਸ ਦੀ ਸਕੀਮਾਂ ਤੋਂ ਚਰੀਆ ਦੀ ਗੈਸ ਸਭ ਤੋਂ ਪਹਿਲੇ ਇਨਸ਼ਾਅੱਲਾ ਤਾਲਾ ਆਏਗੀ ਇਨਸ਼ਾਅੱਲਾ ਤਾਲਾ ਹਸਪਤਾਲ ਦਾ ਜ਼ਿਕਰ ਮੀਆਂ ਸਾਹਿਬ ਨੇ ਕੀਤਾ ਹੈ ਇਨਸ਼ਾਅੱਲਾ ਤਾਲਾ ਹਸਪਤਾਲ ਦੇ ਵਿੱਚ 24/7 ਕਰਾਵਾਂਗੇ ਤਾਲੀਮ ਦੇ ਮੈਦਾਨ ਦੇ ਵਿੱਚ ਇਨਸ਼ਾਅੱਲਾ ਤਾਲਾ ਜਿਵੇਂ ਮੀਆਂ ਸਾਹਿਬ ਨੇ ਕਿਹਾ ਹਾਇਰ ਸੈਕੰਡਰੀ ਸਕੂਲ ਕਰਵਾਵਾਂਗੇ ਇਹਨੂੰ ਇਨਸ਼ਾਅੱਲਾ ਤਾਲਾ ਆਪਣੇ ਸਕੂਲਾਂ ਨੂੰ ਚੰਦ ਗੱਲਾਂ ਮੈਂ ਦੂਜੀਆਂ ਤੁਹਾਡੇ ਥਰੀਆ ਦੇ ਦੋਸਤਾਂ ਨਾਲ ਹੋਰ ਕਰਨਾ ਚਾਹੁੰਦਾ ਕਿ 8 ਫਰਵਰੀ ਦਾ ਦਿਨ ਕੋਈ ਛੋਟਾ ਦਿਨ ਨਹੀਂ ਹੈ ਪਾਕਿਸਤਾਨ ਦੀ 78 ਸਾਲਾ ਤਾਰੀਖ ਦੇ ਵਿੱਚ ਮੇਰੇ ਨਜ਼ਦੀਕ ਇਹ ਵਾਅਦ ਇਲੈਕਸ਼ਨ ਹੈ ਜਿਹਦੇ ਵਿੱਚ ਕੌਮ ਨੂੰ ਬਹੁਤ ਜ਼ਿਆਦਾ ਸੋਚ ਸਮਝ ਕੇ ਅਤੇ ਵੱਡੀ ਤਾਦਾਦ 'ਚ ਵੋਟ ਪਾਉਣ ਦੀ ਜ਼ਰੂਰਤ ਹੈ ਤੁਹਾਨੂੰ 2013 ਯਾਦ ਹੈ 20 ਘੰਟੇ ਦੀ ਲੋਡ ਸ਼ੈਡਿੰਗ ਰੋਜ਼ਾਨਾ ਦੀ ਬੁਨਿਆਦ 'ਤੇ ਬੰਬ ਧਮਾਕੇ ਅਤੇ ਦਰਜਨਾਂ ਤਾਦਾਦ 'ਚ ਪਾਕਿਸਤਾਨੀਆਂ ਦੀ ਸ਼ਹਾਦਤਾਂ ਤੁਹਾਡੇ ਅਤੇ ਮੇਰੇ ਅਜ਼ੀਜ਼ ਸ਼ਹੀਦ ਹੋ ਰਹੇ ਸਨ ਅਤੇ ਇੱਕ ਹੀ ਬੰਦੇ ਨੂੰ ਤੁਸੀਂ ਫੈਸਲਾ ਕਰਕੇ ਦਿੱਤਾ ਸੀ ਵੋਟ ਆਪਣੇ ਤਾਕਤਾਂ ਨੂੰ ਅਸੈਂਬਲੀ ਭੇਜਿਆ ਸੀ ਮੀਆਂ ਨਵਾਜ਼ ਸ਼ਰੀਫ ਨੂੰ ਇਸ ਮੁਲਕ ਨੂੰ 20 ਘੰਟੇ ਲੋਡ ਸ਼ੈਡਿੰਗ ਲਈ ਖਤਮ ਕੀਤੀ